SDM सरदार गोपाल सिंह जी की अगवाई विच अते सरकारी अस्पताल मलोट के सहयोग नाल डेरा सच्चा सौदा मलोट अते भारत विकास परिषद मलोट वल्लों डेरा सच्चा सौदा सांझा धाम विखे सांझे तौर ते कोरोना वैक्सीन कैंप लगाया गया जिस विच भारी संख्या विच लोकां ने कोरोना वैक्सीन लगवाई है। इस मौके SDM गोपाल सिंह ने उचेचे तौर ते पहुंच के कैंप का जायजा लिया अते कैंप के प्रबंधां नूं देखदे होए शलाघा कीती है। इस तों इलावा डिप्टी मैडिकल कमिश्नर डॉक्टर सुनील बांसल अते ब्लाक मलोट दीआं समूह समाज सेवियां अते धार्मिक जथेबंदियां दे कोऑर्डिनेटर मनोज असीजा ने भी कैंप विच पहुंच के संस्थावां द्वारा लगाए वैक्सीन कैंप दी शलाघा कीती है। ਉਸੇ ਲੜੀ ਦੇ ਤਹਿਤ ਅੱਜ ਡੇਰਾ ਸੱਚਾ ਸੌਦਾ ਦੀ ਜਿਹੜੀ ਮਲੋਟ ਬ੍ਰਾਂਚ ਹੈ ਇਹਨਾਂ ਦੇ ਵੱਲੋਂ ਸਾਰੇ ਪ੍ਰੇਮੀਆਂ ਵੱਲੋਂ ਸਾਡੇ NGO ਵੱਲੋਂ ਜਿਹੜੀਆਂ ਇਕੱਠੀਆਂ ਹੋਈਆਂ ਇੱਥੇ ਭਾਰਤ ਵਿਕਾਸ ਪ੍ਰੀਸ਼ਦ ਹੈ ਚਾਹੇ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਨੇ ਸਾਰੀਆਂ NGO ਦੇ ਅਤੇ ਹੋਰ ਵੀ ਜਿਹੜੇ ਸਾਧ ਸੰਗਤ ਨਾਲ ਜੁੜੇ ਹੋਏ ਜੀਵ ਨੇ ਉਹਨਾਂ ਨੇ ਇੱਥੇ ਅੱਜ ਵੈਕਸੀਨੇਸ਼ਨ ਦਾ ਕੈਂਪ ਲਾਇਆ ਸੀ। ਸੋ ਵੈਕਸੀਨੇਸ਼ਨ ਦਾ ਕੈਂਪ ਹੈ ਜਿਹੜਾ ਬਹੁਤ ਹੀ ਸਫਲਤਾਪੂਰਵਕ ਚੱਲ ਰਿਹਾ ਹੈਗਾ ਐਂਡ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾਉਣੀ ਹੈ ਉਹ ਵੀ ਇੱਥੇ ਬੜੇ ਉਤਸ਼ਾਹ ਨਾਲ ਆ ਰਹੇ ਹੈ। ਸੋ ਸਾਰੇ ਜਿਹੜੇ ਲੋਕ ਨੇ ਗੇ ਜਾਂ ਜਿਹੜੇ ਵੈਕਸੀਨ ਤੋਂ ਬਿਨਾਂ ਰਹਿੰਦੇ ਲੋਕ ਨੇ ਮੈਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਆਪਣੀ ਵੈਕਸੀਨ ਜਿਹੜੀ ਹੈ ਵੈਕਸੀਨੇਸ਼ਨ ਜ਼ਰੂਰ ਕਰੋ। ਸੋ ਇਸ ਤਰ੍ਹਾਂ ਦਾ ਉਪਰਾਲਾ ਮੈਂ ਆਸ ਕਰਨਾ ਵੀ ਸਾਰੇ ਸੰਗਤ NGO ਕਿਹੜੇ ਵੀ ਕਰਦੀਆਂ ਰਹਿਣਗੀਆਂ ਅਤੇ ਮਲੋਟ ਸ਼ਹਿਰ ਦੇ ਹਰ ਜੀਵ ਤੱਕ ਜਿਹੜੀ ਵੈਕਸੀਨੇਸ਼ਨ ਆ ਉਹ ਪਹੁੰਚਾਈ ਜਾਵੇਗੀ। ਸੋ ਸਾਰਿਆਂ ਦਾ ਧੰਨਵਾਦ, ਖਾਸ ਕਰਕੇ ਮੇਰਾ ਸੱਚਾ ਸੌਦਾ ਮਲੋਟ ਦੀ ਜਿਹੜੀ ਬ੍ਰਾਂਚ ਹੈ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ NGO ਦਾ ਇੱਥੋਂ ਦੇ ਸਾਡੇ ਪਤਵੰਤਿਆਂ ਦਾ ਜਿੰਨੇ ਵੀ ਸਾਡੇ ਹੋਰ ਪ੍ਰੈਸ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਇਹਦੇ ਵਿੱਚ ਯੋਗਦਾਨ ਪਾਇਆ ਗਾ। ਪਿਛਲੇ ਦਿਨਾਂ ਤੋਂ ਵੀ ਉਹ ਇਸ ਕੰਮ ਦੇ ਜੁੜੇ ਹੋਏ ਨੇ ਅਤੇ ਮੈਂ ਆਸ ਕਰਦਾ ਅੱਗੇ ਦੇ ਵੀ ਉਹ ਇਸੇ ਤਰ੍ਹਾਂ ਨਿਰੰਤਰ ਆਪਣਾ ਸਹਿਯੋਗ ਦਿੰਦੇ ਰਹਿਣਗੇ। ਧੰਨਵਾਦ। ਅੱਜ ਡੇਰਾ ਸੱਚਾ ਸੌਦਾ ਮਲੋਟ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕੋਰੋਨਾ ਵੈਕਸੀਨੇਸ਼ਨ ਦੇ ਬਹੁਤ ਵਧੀਆ ਕੈਂਪ ਇੱਥੇ ਲਗਾਇਆ ਗਿਆ। ਇਹਨਾਂ ਦਾ ਅਰੇਂਜਮੈਂਟ ਬਹੁਤ ਜ਼ਿਆਦਾ ਵਧੀਆ ਹੈ। देश विदेश के तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।